ਦੋਸਤੋ ਮੈਂ ਤੁਹਾਡਾ ਰਜਿੰਦਰ ਸਿੰਘ ਥਿੰਦ ਆਮ ਆਦਮੀ ਪਾਰਟੀ ਯੂਕੇ ਤੋਂ ਅੱਜ ਮੇਰੇ ਵੀਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਪਟਿਆਲਾ ਦਿਹਾਤੀ ਤੋਂ ਕਰਨਵੀਰ ਸਿੰਘ ਜੀ ਟਿਵਾਣਾ ਸਾਹਿਬ ਇਹਨਾਂ ਨੂੰ ਮਿਲ ਕੇ ਅੱਜ ਬਹੁਤ ਖੁਸ਼ੀ ਹੋਈ ਅਤੇ ਇਲਾਕੇ ਦੇ ਵਿੱਚ ਵਿਕਾਸ ਨਗਰ ਦੇ ਵਿੱਚ ਅੱਜ ਅਸੀਂ ਡੋਰ ਟੂ ਡੋਰ ਵੀ ਗਏ ਅਤੇ ਪੂਰਾ ਜਿਹੜਾ ਵਿਕਾਸ ਨਗਰ ਹੈ ਉਹ ਸਾਰਾ ਹੀ ਅੱਜ ਆਪਦਾ ਹੋ ਗਿਆ। ਇਹਦੇ ਵਾਸਤੇ ਮੈਂ ਵਧਾਈ ਦਿੰਦਾ ਇਹਨਾਂ ਨੂੰ, ਇਹਨਾਂ ਦੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ। ਬਾਕੀ ਟਿਵਾਣਾ ਸਾਹਿਬ ਅਸੀਂ ਉੱਥੋਂ ਯੂਕੇ ਤੋਂ ਫਲੇਮ ਆਫ ਹੋਪ ਇੱਕ ਜਹਾਜ਼ ਭਰ ਕੇ ਪੂਰਾ ਅਸੀਂ ਆ ਰਹੇ ਹਾਂ ਤਕਰੀਬਨ 200 ਬੰਦੇ ਦਾ, ਜਿਹਦੇ ਵਿੱਚ ਪੰਜਾਬ ਵਿੱਚ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਅਤੇ ਸੱਚਾ ਸੁੱਚਾ ਪੰਜਾਬ ਨੂੰ ਆਪਾਂ ਆਜ਼ਾਦ ਕਰਾਈਏ ਇਹਨਾਂ ਸਰਕਾਰਾਂ ਤੋਂ। ਉੱਥੋਂ ਤੁਸੀਂ ਕੁਛ NRI ਵੀਰਾਂ ਨੂੰ ਕੁਛ ਕਹਿਣਾ ਚਾਹੁੰਦੇ? ਹਾਂਜੀ, ਮੈਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਯੂਕੇ ਵਾਲੇ ਵੀਰਾਂ ਦੇ ਇਸ ਉਪਰਾਲੇ ਨੂੰ ਬਹੁਤ ਸ਼ਲਾਘਾਯੋਗ ਮੰਨਦਾ ਹੋਇਆ ਸਾਰੀ ਦੁਨੀਆ ਦੇ ਵਿੱਚ ਵੱਸਦੇ ਪੰਜਾਬੀ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਵੀ ਸਾਰੇ ਇਹਨਾਂ ਦੀ ਤਰ੍ਹਾਂ ਪੰਜਾਬ ਦੇ ਵਿੱਚ ਆਓ ਅਤੇ ਜਿਹੜੇ ਇਹ ਕਾਂਗਰਸੀ ਅਕਾਲੀ ਲੀਡਰਾਂ ਨੇ ਆਮ ਲੋਕਾਂ ਨੂੰ ਜਲਾਲਤ ਭਰੀ ਜ਼ਿੰਦਗੀ ਦਿੱਤੀ ਹੈ, ਜਿਹਦੇ ਵਿੱਚ ਛੋਟੇ ਛੋਟੇ ਕੰਮਾਂ ਲਈ ਇਹਨਾਂ ਚੌਧਰੀਆਂ ਦੇ ਇਹਨਾਂ ਲੀਡਰਾਂ ਦੇ ਘਰ ਜਾ ਕੇ ਤਰਲੇ ਮਾਰਨੇ ਪੈਂਦੇ ਨੇ, ਫੋਨ ਕਰਾਉਣੇ ਪੈਂਦੇ ਨੇ ਇਸ ਸਿਸਟਮ ਨੂੰ ਬਦਲਣ ਲਈ ਤਾਂ ਕਿ ਆਮ ਲੋਕਾਂ ਨੂੰ ਉਹਨਾਂ ਦੇ ਹੱਕ ਦਵਾਏ ਜਾਣ। ਇਸ ਗੁਲਾਮੀ ਭਰੀ ਦਲਦਲ ਦੇ ਵਿੱਚੋਂ ਕੱਢਿਆ ਜਾਵੇ, ਇਸ ਲਈ ਤੁਸੀਂ ਆਓ, ਸਾਰਾ ਸਾਡਾ ਸਹਿਯੋਗ ਕਰੋ। ਅਸੀਂ ਤੁਹਾਨੂੰ ਇਹ ਵੀ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਤੁਹਾਨੂੰ ਇਮਾਨਦਾਰ ਸਰਕਾਰ ਚਲਾ ਕੇ ਦੇਵਾਂਗੇ। ਤੁਸੀਂ ਵੇਖ ਹੀ ਲਿਆ ਸਾਰਿਆਂ ਨੇ ਕਿ ਵੀਰ ਜੀ ਦੇ ਕਿੰਨੇ ਵਧੀਆ ਵਿਚਾਰ ਆ, ਅਤੇ ਮੈਂ ਵੀ ਸਾਰੇ NRI ਭੈਣਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਆਓ ਤਾਂ ਜੋ ਕਿ ਜਿਹੜੀਆਂ ਸਮੇਂ ਦੀਆਂ ਜ਼ਾਲਮ ਸਰਕਾਰਾਂ ਇਹਨਾਂ ਤੋਂ ਆਪਾਂ ਪੰਜਾਬ ਨੂੰ ਆਜ਼ਾਦ ਕਰਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।